ਨੰਬਰ 3 ਇੱਕੋ ਥਾਂ ਮਾਰਚ ਕਰਨਾ। ਸਿੰਕ ਵੱਲ ਮੂੰਹ ਕਰਕੇ ਖੜ੍ਹੇ ਹੋਵੋ। ਸਿੰਕ ਨੂੰ ਦੋਨੋਂ ਹੱਥਾਂ ਨਾਲ ਫੜੋ। 10 ਸਕਿੰਟਾਂ ਲਈ ਇੱਕੋ ਥਾਂ ਮਾਰਚ ਕਰੋ। ਰੈਸਟ ਕਰੋ। 10 ਸਕਿੰਟ ਹੋਰ ਕਰੋ। ਜੇਕਰ ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਜ਼ਿਆਦਾ ਸਮੇਂ ਲਈ ਕਰੋ, 2 ਮਿੰਟਾਂ ਤੱਕ। ਆਰਾਮ ਕਰੋ ਅਤੇ ਫਿਰ ਹੋਰ 2 ਮਿੰਟਾਂ ਤੱਕ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਗੋਡੇ ਉੱਚੇ ਚੁੱਕੋ ਪਰ ਕਾਊਂਟਰ ਵਿੱਚ ਨਹੀਂ ਲੱਗਣਾ। ਹੌਲੀ ਹੌਲੀ ਸਿੰਕ ਜਾਂ ਕਾਊਂਟਰ ਨੂੰ ਘੱਟ ਫੜੋ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਅਗਰ ਹੋਰ ਕਰਨਾ ਚਾਹੋ ਤਾਂ ਅਗਲੀ ਕਸਰਤ ਵੱਲ ਚਲੋ।